ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਜ਼ਰ ਹਾਂ ਜੀ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਜੋ ਪਿੱਛੇ ਜੇ ਅਧਿਆਪਕਾਂ ਦੀਆਂ ਪੰਜਾਬ ਵਿੱਚ ਭਰਤੀਆਂ ਦੀਆਂ ਨੋਟੀਫਿਕੇਸ਼ਨ ਆਈਆਂ ਅਤੇ ਫਿਲ ਵੀ ਹੋ ਰਹੀਆਂ ਨੇ ਭਰਤੀਆਂ, ਉਹ ਬੀਐਡ ਅਧਿਆਪਕਾਂ ਦੀਆਂ ਜੋ ਭਰਤੀਆਂ ਸੀ ਅਤੇ ਜਿਸ ਵਿੱਚ ਪੀਐਸ ਟੈਟ 2 ਪਾਸ ਹੋਣਾ ਲਾਜ਼ਮੀ ਮੰਗਿਆ ਗਿਆ ਸੀ। ਹੁਣ ਇੱਕ ਹੋਰ ਨੋਟੀਫਿਕੇਸ਼ਨ ਆਈ ਹੈ ਜੀ ਜਿਸ ਵਿੱਚ 664 1 ਅਤੇ 1000 ਅਸਾਮੀਆਂ ਦੀ ਭਰਤੀ ਹੋਣੀ ਹੈ ਜੀ। ਟੋਟਲ 1664 ਅਸਾਮੀਆਂ ਦੀ ਭਰਤੀ ਦੀ ਹੋਰ ਨੋਟੀਫਿਕੇਸ਼ਨ ਆ ਚੁੱਕੀ ਹੈ ਜੀ, ਜਿਸ ਬਾਰੇ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ। ਪੂਰੀ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਗੱਲ ਕਰਦੇ ਹਾਂ ਜੀ, ਇਹ ਜੋ ਭਰਤੀ ਹੈ ਇਹ ETT ਅਧਿਆਪਕਾਂ ਦੀ ਭਰਤੀ ਹੈ ਜੀ। ਉਸ ਤੋਂ ਇਲਾਵਾ ਅੰਗਹੀਣ ਕੈਟਾਗਰੀ ਅਤੇ ਸੁਤੰਤਰਤਾ ਸੰਗਰਾਮੀ ਕੈਟਾਗਰੀ ਦੀਆਂ ਜੋ ਇਸ ਵਿੱਚ ਪੋਸਟਾਂ ਨੇ 664 ਪੋਸਟਾਂ ਨੇ ਜੋ ਉਹ ਅੰਗਹੀਣ ਕੈਟਾਗਰੀ ਅਤੇ ਸੁਤੰਤਰਤਾ ਸੰਗਰਾਮੀ ਕੈਟਾਗਰੀ ਦੀਆਂ ਨੇ। ਉਸ ਤੋਂ ਇਲਾਵਾ 1000 ਹੋਰ ETT ਕਾਰਡ ਦੀਆਂ ਪੋਸਟਾਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਇਹ ਮੰਗ ਕੀਤੀ ਗਈ ਹੈ ਜੀ ਪੋਸਟਾਂ ਦੀ, ਜਿਸ ਵਿੱਚ ਆਪਾਂ ਕੈਟਾਗਰੀ ਵਾਈਜ਼ ਪੋਸਟਾਂ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਜਰਨਲ ਕੈਟਾਗਰੀ ਦੀ ਗੱਲ ਕਰਦੇ ਹਾਂ ਤਾਂ 390 ਜਰਨਲ ਕੈਟਾਗਰੀ ਦੀਆਂ ਪੋਸਟਾਂ ਨੇ। ਉਸ ਤੋਂ ਇਲਾਵਾ ਅਨੁਸੂਚਿਤ ਜਾਤੀ ਸ ਅਤੇ ਬੀ ਦੀਆਂ ਜੋ ਪੋਸਟਾਂ ਨੇ 100+298 ਬੈਕਲਾਗ ਦੀਆਂ ਅਸਾਮੀਆਂ ਮਿਲਾ ਕੇ ਟੋਟਲ 398 ਅਸਾਮੀਆਂ ਨੇ। ਅਨੁਸੂਚਿਤ ਜਾਤੀ ਆਰ ਅਤੇ ਓ 100+297 ਬੈਕਲਾਗ ਦੀਆਂ ਅਸਾਮੀਆਂ ਮਿਲਾ ਕੇ 397 ਟੋਟਲ ਅਸਾਮੀਆਂ ਨੇ। ਅਨੁਸੂਚਿਤ ਜਾਤੀ ਸਾਬਕਾ ਫੌਜੀ ਐੱਮ ਅਤੇ ਬੀ 20 ਪੋਸਟਾਂ ਉਹਨਾਂ ਲਈ ਨੇ। ਅਨੁਸੂਚਿਤ ਜਾਤੀ ਸਾਬਕਾ ਫੌਜੀ ਆਰ ਅਤੇ ਓ 20 ਪੋਸਟਾਂ ਨੇ। ਅਨੁਸੂਚਿਤ ਜਾਤੀ ਖਿਡਾਰੀ ਐੱਮ ਅਤੇ ਬੀ 5 ਪੋਸਟਾਂ ਉਹਨਾਂ ਲਈ ਨੇ। ਅਨੁਸੂਚਿਤ ਜਾਤੀ ਖਿਡਾਰੀ ਆਰ ਅਤੇ ਓ 5 ਪੋਸਟਾਂ ਨੇ। ਪਛੜੀਆਂ ਸ਼੍ਰੇਣੀਆਂ BC ਕੈਟਾਗਰੀ ਲਈ 100 ਪੋਸਟਾਂ ਨੇ। ਪਛੜੀਆਂ ਸ਼੍ਰੇਣੀਆਂ ਸਾਬਕਾ ਫੌਜੀ ਜੋ ਨੇ 20 ਪੋਸਟਾਂ ਉਹਨਾਂ ਲਈ, ਖਿਡਾਰੀ ਜਰਨਲ 20 ਪੋਸਟਾਂ ਨੇ। ਉਸ ਤੋਂ ਇਲਾਵਾ ਜੋ ਆਜ਼ਾਦੀ ਘੁਲਾਟੀਏ ਕੈਟਾਗਰੀ ਹੈ ਉਹਨਾਂ ਲਈ 10+43 ਬੈਕਲਾਗ ਦੀਆਂ ਅਸਾਮੀਆਂ ਟੋਟਲ 53 ਅਸਾਮੀਆਂ ਨੇ। ਸਾਬਕਾ ਫੌਜੀ ਜਰਨਲ 70 ਅਸਾਮੀਆਂ ਨੇ। ਉਸ ਤੋਂ ਇਲਾਵਾ ਜੋ ਅੰਗਹੀਣ ਕੈਂਡੀਡੇਟਸ ਨੇ ਵਿਜ਼ੂਅਲ ਇੰਪਲੋਇਡ, ਉਸ ਤੋਂ ਬਾਅਦ ਅੰਗਹੀਣ ਵਿਦਿਆਰਥੀਆਂ ਦੀਆਂ ਤੁਸੀਂ ਦੇਖ ਸਕਦੇ ਹੋ ਅਸਾਮੀਆਂ। ਇਕਨੋਮਿਕਲੀ ਵੀਕਰ ਸੈਕਸ਼ਨ ਜੋ ਕੈਟਾਗਰੀ ਹੈ 100 ਅਸਾਮੀਆਂ ਨੇ। ਕੁੱਲ ਜੋੜ 1001 ਅਸਾਮੀਆਂ ਨੇ। ਉਸ ਤੋਂ ਇਲਾਵਾ 664 ਜੋ ਬੈਕਲਾਗ ਦੀਆਂ ਅਸਾਮੀਆਂ ਸੁਤੰਤਰਤਾ ਸੰਗਰਾਮੀ ਅਤੇ ਅੰਗਹੀਣ ਕੈਂਡੀਡੇਟਸ ਨੇ ਉਹਨਾਂ ਦੀਆਂ 1664 ਅਸਾਮੀਆਂ ਨੇ। ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਜੋ ਕੈਂਡੀਡੇਟ ਹੈ ਉਹ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ। ਉਸ ਤੋਂ ਇਲਾਵਾ ETT ਪਾਸ ਹੋਣੀ ਜ਼ਰੂਰੀ ਹੈ। ਉਸ ਤੋਂ ਇਲਾਵਾ ਜੋ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜੋ ਨੈਸ਼ਨਲ ਕੌਂਸਲ ਆਫ ਟੀਚਰਸ ਐਜੂਕੇਸ਼ਨ ਦਾ ਹੁੰਦਾ ਹੈ ਉਹ ਪਾਸ ਹੋਣਾ ਜ਼ਰੂਰੀ ਹੈ ਜੀ। ਉਸ ਤੋਂ ਇਲਾਵਾ ਇਹਨਾਂ ਸਾਰੀ ਕੁਆਲੀਫਿਕੇਸ਼ਨ ਤੋਂ ਇਲਾਵਾ ਜੋ ਉਪਰੋਕਤ ਵਿੱਦਿਅਕ ਯੋਗਤਾਵਾਂ ਤੋਂ ਇਲਾਵਾ ETT ਅਧਿਆਪਕਾਂ ਦੀ ਅਸਾਮੀਆਂ ਲਈ ਉਮੀਦਵਾਰਾਂ ਵੱਲੋਂ ਬੱਚਿਆਂ ਦੀ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 209 ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 1 PS ਟੈਟ 1 ਪਾਸ ਹੋਣਾ ਜ਼ਰੂਰੀ ਹੈ ਜੀ। ਚੋਣ ਦਾ ਢੰਗ ਹੋਏਗਾ ਸਿਲੈਕਸ਼ਨ ਪ੍ਰੋਸੈਸ, ਉਹ ਅਸਾਮੀਆਂ ਦੀ ਭਰਤੀ ਕਰਨ ਸੰਬੰਧੀ ਸਟੇਟ ਪੱਧਰ 'ਤੇ 100 ਅੰਕਾਂ ਦਾ ਇੱਕ ਲਿਖਤੀ ਟੈਸਟ ਲਿਆ ਜਾਵੇਗਾ ਜੋ ਇਹਨਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਉਹਨਾਂ ਉਮੀਦਵਾਰਾਂ ਦੀ ਮੈਰਿਟ ਲਿਖਤੀ ਟੈਸਟ ਅਤੇ ਉਚੇਰੀ ਯੋਗਤਾ ਦੇ ਅੰਕਾਂ ਨੂੰ ਜੋੜ ਕੇ ਬਣਾਈ ਜਾਵੇਗੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 1 PS ਟੈਟ ਦੇ ਨੰਬਰ ਮੈਰਿਟ ਵਿੱਚ ਨਹੀਂ ਜੋੜੇ ਜਾਣਗੇ। ਉਸ ਤੋਂ ਬਾਅਦ ਬਾਕੀ ਦੀ ਨੋਟੀਫਿਕੇਸ਼ਨ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗਾ, ਤੁਸੀਂ ਖੁਦ ਪੜ੍ਹ ਸਕਦੇ ਹੋ। ਅਦਾਇਗੀ ਯੋਗ ਰਕਮ ਹੈ ਜੋ ਤਨਖਾਹ ਹੋਏਗੀ 10,300 ਪਰ ਮਹੀਨਾ ਹੋਵੇਗੀ। ਉਮਰ ਸੀਮਾ ਹੈ ਜੋ 18 ਸਾਲ ਤੋਂ 37 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ। ਬਾਕੀ ਦੀਆਂ ਹਦਾਇਤਾਂ ਤੁਸੀਂ ਦੇਖ ਸਕਦੇ ਹੋ, ਜੋ ਉਮਰ ਛੂਟ ਹੈ ਪੂਰੀ ਡਿਟੇਲ ਵਿੱਚ ਦੇਖ ਸਕਦੇ ਹੋ। ਵਿਨੇ ਪੱਤਰ ਦੀ ਜੋ ਫੀਸ ਹੋਵੇਗੀ ਜਰਨਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾਂ ਲਈ 1,000 ਹੈ। ਰਿਜ਼ਰਵ ਕੈਟਾਗਰੀ SC ਅਤੇ ST ਕੈਟਾਗਰੀ ਲਈ 500 ਰੁਪਈਆ। ਸਾਬਕਾ ਸੈਨਿਕ ਜੋ ਖੁਦ ਕੋਈ ਫੀਸ ਨਹੀਂ ਹੋਵੇਗੀ ਉਹਨਾਂ ਲਈ। ਬਾਕੀ ਦੀਆਂ
ਰੂਲ ਹਦਾਇਤਾਂ ਤੁਸੀਂ ਦੇਖ ਸਕਦੇ ਹੋ। ਆਮ ਸ਼ਰਤਾਂ ਜ਼ਰੂਰ ਰੀਡ ਕਰੋ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿਆਂਗਾ। ਉਸ ਤੋਂ ਬਾਅਦ ਹੈ ਜੀ ਜੋ ਇਹਨਾਂ ਪੋਸਟਾਂ ਦੀ ਜੋ ਸਟਾਰਟ ਤਰੀਕ ਹੈ 6/3/2020 ਨੂੰ ਇਹਨਾਂ ਪੋਸਟਾਂ ਦੀ ਫਿਲ ਹੋਣੇ, ਔਨਲਾਈਨ ਫਿਲ ਹੋਣੇ ਸਟਾਰਟ ਹੋ ਜਾਣਗੇ। ਇਹਨਾਂ ਪੋਸਟਾਂ ਦੀ ਜੋ ਲਾਸਟ ਤਰੀਕ ਹੋਏਗੀ 23/3/2020 ਸ਼ਾਮੀ 5 ਵਜੇ ਤੀਕਰ ਇਹਨਾਂ ਪੋਸਟਾਂ ਦੀ ਲਾਸਟ ਤਰੀਕ ਹੈ ਜੀ। 25/3/2020 ਸ਼ਾਮੀ 5 ਵਜੇ ਤੀਕਰ ਔਨਲਾਈਨ ਐਪਲੀਕੇਸ਼ਨ ਭਰ ਕੇ ਜੋ ਫੀਸ ਹੈ ਉਹ ਕੰਫਰਮੇਸ਼ਨ ਹੋਣ ਦੀ ਲਾਸਟ ਤਰੀਕ ਹੈ ਜੀ 25/3/2020। ਇਹ ਸੀ ETT ਅਧਿਆਪਕਾਂ ਦੀਆਂ ਜੋ ਨਵੀਆਂ ਪੰਜਾਬ ਵਿੱਚ ਅਧਿਆਪਕਾਂ ਦੀ ETT ਅਧਿਆਪਕਾਂ ਦੀ ਭਰਤੀਆਂ ਆਈਆਂ ਨੇ, ਉਹਨਾਂ ਦੀ ਨੋਟੀਫਿਕੇਸ਼ਨ ਸੀ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿਆਂਗਾ, ਤੁਸੀਂ ਦੇਖ ਲੈਣਾ, ਪੂਰਾ ਰੀਡ ਕਰ ਲੈਣਾ। ਰੀਡ ਕਰਨ ਤੋਂ ਬਾਅਦ ਹੀ ਇਸ ਫਾਰਮ ਨੂੰ ਤੁਸੀਂ ਫਿਲ ਕਰਨਾ। ਵੀਡੀਓ ਚੰਗੀ ਲੱਗੇ ਤਾਂ ਵੱਧ ਸ਼ੇਅਰ ਕਰੋ ਜੀ, ਲਾਈਕ ਕਰੋ, ਕਮੈਂਟ ਕਰੋ। ਧੰਨਵਾਦ।